देखो जग दे रौनक मेले देखो जग दे रौनक मेले कुछ खेडन आंदे कुछ खेड के जांदे ਕਾਲ ਓਮ ਸ਼ਾਂਤੀ ਸਵਾਗਤ ਕਰਦੇ ਹਾਂ ਖੁਸ਼ੀਆਂ ਖੇੜੇ ਸਾਡੇ ਵਿਹੜੇ ਅੱਜ ਹਰ ਇਨਸਾਨ ਆਪਣੇ ਜੀਵਨ 'ਚ ਖੁਸ਼ੀਆਂ ਚਾਹੁੰਦਾ ਹੈ ਬਟ ਇਹ ਖੁਸ਼ੀਆਂ ਕਿਤੇ ਨਾ ਕਿਤੇ ਘੱਟ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਸਾਡੇ ਜੀਵਨ 'ਚ ਤਣਾਅ ਬਹੁਤ ਵੱਧਦਾ ਜਾ ਰਿਹਾ ਹੈ ਪਹਿਲਾਂ ਇੱਕ ਸਟੇਜ 'ਤੇ ਆ ਕੇ ਹੀ ਸਾਡੇ ਜੀਵਨ 'ਚ ਇਹ ਤਣਾਅ ਔਰ ਸਟ੍ਰੈਸ ਲੈਵਲ ਆਉਂਦਾ ਸੀ ਪਰ ਹੁਣ ਛੋਟੇ ਛੋਟੇ ਬੱਚਿਆਂ 'ਚ ਵੀ ਇਹ ਸਟ੍ਰੈਸ ਦੇਖਿਆ ਜਾਂਦਾ ਹੈ ਕਿਸੇ ਨੂੰ ਆਪਣੇ ਕਰੀਅਰ ਦਾ ਸਟ੍ਰੈਸ ਹੈ ਕਿਸੇ ਨੂੰ ਧਨ ਦੌਲਤ ਖੋਣ ਦਾ ਸਟ੍ਰੈਸ ਹੈ ਕਿਸੇ ਨੂੰ ਰਿਸ਼ਤਿਆਂ ਦਾ ਸਟ੍ਰੈਸ ਹੈ ਕਿਸੇ ਨੂੰ ਆਪਣੇ ਕੰਮ ਕਾਜ ਦਾ ਸਟ੍ਰੈਸ ਹੈ ਹਰ ਲੈਵਲ 'ਚ ਇਹ ਸਟ੍ਰੈਸ ਲੈਵਲ ਵੱਧਦਾ ਹੀ ਜਾ ਰਿਹਾ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਇਸੇ ਸਟ੍ਰੈਸ ਬਾਰੇ ਕਿ ਕਿਵੇਂ ਤੁਸੀਂ ਆਪਣੇ ਜੀਵਨ 'ਚ ਇਹ ਤਣਾਅ ਘੱਟ ਕਰ ਸਕਦੇ ਹੋ ਔਰ ਐਕਚੁਅਲ 'ਚ ਸਾਡੀ ਖੁਸ਼ੀਆਂ ਨਾਲ ਇਹ ਕਿਵੇਂ ਰਿਲੇਟ ਕਰਦਾ ਹੈ ਸਾਡੇ ਨਾਲ ਅੱਜ ਇਸ ਬਾਰ 'ਚ ਗੱਲਬਾਤ ਕਰਨ ਲਈ ਨੇ ਡਾਕਟਰ ਅਵਦੇਸ਼ ਭਾਈ ਸਾਹਿਬ ਜੀ ਜੋ ਕਿ ਇੱਕ ਸਾਈਕੈਟ੍ਰਿਸਟ ਵੀ ਨੇ ਆਈਏ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਓਮ ਸ਼ਾਂਤੀ ਓਮ ਸ਼ਾਂਤੀ ਥੈਂਕ ਯੂ ਵੈਰੀ ਮੱਚ ਜਿੱਦਾਂ ਕਿ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਤਣਾਅ ਦੇ ਉੱਪਰ ਜੇ ਆਪਾਂ ਗਲੋਬਲ ਲੈਵਲ 'ਤੇ ਦੇਖੀਏ ਹੁਣ ਤੱਕ ਜੋ ਮੈਨੂੰ ਸਮਝ ਆਉਂਦਾ ਹੈ ਕਿ ਹਰ ਘਰ 'ਚ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦਾ ਹੈ ਔਰ ਅਸੀਂ ਇਹਨੂੰ ਅੱਜ ਕੱਲ੍ਹ ਬਹੁਤ ਕੋਮਨ ਸਮਝਣ ਲੱਗ ਗਏ ਹਾਂ ਕਿ ਛੋਟਾ ਮੋਟਾ ਸਟ੍ਰੈਸ ਤਾਂ ਚੱਲਦਾ ਹੀ ਹੈ ਜੇ ਬੱਚਿਆਂ ਤੋਂ ਸ਼ੁਰੂਆਤ ਕਰੀਏ ਤਾਂ ਅੱਜ ਕੱਲ੍ਹ ਬੱਚਿਆਂ 'ਚ ਵੀ ਇਹ ਬਹੁਤ ਜ਼ਿਆਦਾ ਪੜ੍ਹਾਈ ਦਾ ਜੋ ਸਟ੍ਰੈਸ ਹੈ ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਟ੍ਰੈਸ ਹੈ ਕੀ ਮੈਨੂੰ ਸਮਝ ਨਹੀਂ ਆ ਪਾ ਰਿਹਾ ਕਿ ਸਟ੍ਰੈਸ ਸਾਡੇ ਲਾਈਫ 'ਚ ਘੁਸਿਆ ਕਿੱਥੋਂ ਹੈ ਸ਼ਬਦ ਕਿੱਥੋਂ ਆ ਗਿਆ ਦੇਖੋ ਘੁਸ ਤਾਂ ਜਿੱਥੋਂ ਵੀ ਗਿਆ ਪਰ ਹੁਣ ਘੁਸ ਚੁੱਕਿਆ ਹਾਂਜੀ ਔਰ ਇਹ ਸਿਰਫ ਪੰਜਾਬ 'ਚ ਹੀ ਨਹੀਂ ਇੰਡੀਆ 'ਚ ਹੀ ਨਹੀਂ ਗਲੋਬਲ ਲੈਵਲ 'ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀਗੀ ਕਿ ਅੱਜ WHO ਦੇ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਆਂਕੜੇ ਜਿਹੜੇ ਕਹਿੰਦੇ ਨੇ ਕਿ ਹਰ 5 ਬੰਦਿਆਂ 'ਚੋਂ 1 ਬੰਦੇ ਨੂੰ ਕੋਈ ਨਾ ਕੋਈ ਦਿਮਾਗੀ ਬਿਮਾਰੀ ਜਾਂ ਇਸ ਵਕਤ ਚੱਲ ਰਹੀ ਹੈ ਔਰ ਹਰ 4 'ਚੋਂ 1 ਬੰਦੇ ਨੂੰ ਜ਼ਿੰਦਗੀ 'ਚ ਇੱਕ ਨਾ ਇੱਕ ਵਾਰ ਕੋਈ ਨਾ ਕੋਈ ਦਿਮਾਗੀ ਪ੍ਰੋਬਲਮ ਹੋਵੇਗੀ ਔਰ ਇਸ 'ਚ ਅਸੀਂ ਡਰੱਗ ਅਬਿਊਜ਼ ਇਸ 'ਚ ਅਸੀਂ ਸ਼ਰਾਬ ਇਸ 'ਚ ਅਸੀਂ ਤੰਬਾਕੂ ਨਹੀਂ ਇਨਕਲੂਡ ਕਰ ਰਹੇ ਅੱਜ ਤੱਕ ਸਮਝਿਆ ਜਾਂਦਾ ਹੈਗਾ ਕਿ ਹਾਰਟ ਡਿਜ਼ੀਜ਼ ਨੇ ਬਲੱਡ ਪ੍ਰੈਸ਼ਰ ਨੇ ਉਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਲੇਕਿਨ ਅਗਲੇ 2 ਸਾਲਾਂ 'ਚ ਡਿਪਰੈਸ਼ਨ ਨੇ ਉਹਨੂੰ ਓਵਰਟੇਕ ਕਰ ਲਿਆ ਤਾਂ 2020 ਦੇ ਕਰੀਬ ਤੱਕ ਪੂਰੇ ਵਰਲਡ ਦੇ ਵਿੱਚ ਡਿਪਰੈਸ਼ਨ ਦੇ ਸਭ ਤੋਂ ਜ਼ਿਆਦਾ ਮਰੀਜ਼ ਹੋਣਗੇ ਔਰ ਡਿਪਰੈਸ਼ਨ ਦੀ ਵਜ੍ਹਾ ਨਾਲ ਸਭ ਤੋਂ ਵੱਡੀ ਸਿਰਫ ਬਿਮਾਰੀ ਨਹੀਂ ਲੇਕਿਨ ਇਕਨੋਮਿਕ ਪ੍ਰੋਬਲਮ ਵੀ ਕੰਮ ਤੋਂ ਰਿਲੇਟਡ ਪ੍ਰੋਬਲਮ ਵੀ ਔਰ ਸਮਾਜ ਵਿੱਚ ਵੀ ਉਹ ਪ੍ਰੋਬਲਮਸ ਉੱਭਰ ਕੇ ਆਉਣਗੀਆਂ ਬਿਲਕੁਲ ਜੇ ਤੁਹਾਡਾ ਦਿਮਾਗ ਸੰਤੁਲਿਤ ਨਹੀਂ ਹੈ ਤੁਸੀਂ ਡਿਪਰੈਸ਼ਨ 'ਚ ਹੋ ਤੇ ਉਹ ਡਾਇਰੈਕਟਲੀ ਤੁਹਾਡੇ ਕੰਮ ਨੂੰ ਇਫੈਕਟ ਕਰ ਰਿਹਾ ਕਿਉਂਕਿ ਉਸ ਵਕਤ ਤੁਸੀਂ ਸੋਚ ਹੀ ਨਹੀਂ ਸਕਦੇ ਉਸ ਵਕਤ ਤੁਸੀਂ ਰਿਸ਼ਤੇ ਵੀ ਨਹੀਂ ਬਣਾ ਸਕਦੇ ਹਾਂਜੀ ਤੇ ਇਸ ਪਿੱਛੇ WHO ਦਾ ਵੀ ਇਹ ਕਹਿਣਾ ਹੈਗਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਵੀ ਇਸ ਚੀਜ਼ ਨੂੰ ਜਲਦੀ ਸੰਭਾਲ ਲੇਗਾ ਚਾਹੇ ਕੋਈ ਕੰਟਰੀ ਹੋਏ ਚਾਹੇ ਕੋਈ ਸਟੇਟ ਹੋਏ ਚਾਹੇ ਕੋਈ ਸੋਸਾਇਟੀ ਹੋਏ ਔਰ ਪੰਜਾਬੀ ਤਾਂ ਹਰ ਚੀਜ਼ 'ਚ ਅੱਗੇ ਰਹਿੰਦੇ ਨੇ ਸਟ੍ਰੈਸ ਲੈਣ 'ਚ ਵੀ ਸਭ ਤੋਂ ਸਟ੍ਰੈਸ ਲੈਣ 'ਚ ਵੀ ਅਤੇ ਮੇਰਾ ਖਿਆਲ ਹੈ ਸਟ੍ਰੈਸ ਨੂੰ ਘੱਟ ਕਰਨ 'ਚ ਵੀ ਕਿਤੇ ਨਾ ਕਿਤੇ ਦੂਜਿਆਂ ਨੂੰ ਰੌਸ਼ਨੀ ਦਿਖਾਉਣਗੇ ਹਾਂਜੀ ਦੇਖੋ ਪੰਜਾਬੀ ਦੂਜੀ ਗੱਲ ਇਹ ਹੈ ਕਿ ਪੰਜਾਬੀ ਪੰਜਾਬ ਤੱਕ ਸੀਮਿਤ ਨਹੀਂ ਹੈਗਾ ਬਿਲਕੁਲ ਸਹੀ ਹੈ ਪੰਜਾਬੀ ਪੂਰੀ ਵਰਲਡ ਵਿੱਚ ਫੈਲਿਆ ਹੋਇਆ ਹੈਗਾ ਔਰ ਪੰਜਾਬੀਅਤ ਜਿਹੜੀ ਹੈਗੀ ਉਹ ਤਾਂ ਬਹੁਤ ਸੈਂਚਰੀਜ਼ ਤੋਂ ਸਦੀਆਂ ਤੋਂ ਇੱਕ ਤਰੀਕੇ ਨਾਲ ਨਵੇਂ ਤਰੀਕਿਆਂ ਨਾਲ ਜੀਣ ਦੇ ਰਸਤੇ ਲੋਕਾਂ ਨੂੰ ਦਿਖਾ ਰਹੀ ਹੈ
ਸਟ੍ਰੈੱਸ ਨੂੰ ਜੇ ਅਸੀਂ ਦੇਖੀਏ ਤਾਂ ਪਿਛਲੇ ਕੁਛ ਸਾਲਾਂ ਵਿੱਚ ਵਧਿਆ ਹੈਗਾ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਔਰ ਉਹਦੇ 4-5 ਮੋਟੇ ਮੋਟੇ ਕਾਰਨ ਹੈਗੇ ਨੇ। ਪਹਿਲਾਂ ਇਹ ਹੈਗਾ ਕਿ ਜਿਹੜੇ ਸਾਡੇ ਪਰਿਵਾਰ ਸੀਗੇ, ਜਿਹੜੇ ਕਿ ਇਕੱਠੇ ਰਹਿੰਦੇ ਸੀਗੇ, ਇੱਕ ਦੂਜੇ ਨਾਲ ਰਿਸ਼ਤੇ ਬਣੇ ਹੋਏ ਸੀਗੇ, ਇੱਕ ਦੂਜੇ ਦੀ ਮਦਦ ਕਰਨ ਲਈ ਤਿਆਰ ਸੀਗੇ, ਖੁਸ਼ੀਆਂ ਵੀ ਇਕੱਠੇ ਮਨਾਉਂਦੇ ਸੀਗੇ, ਗਮਾਂ ਨੂੰ ਵੀ ਇਕੱਠੇ ਕੰਮ ਕਰ ਘੱਟ ਕਰਦੇ ਸੀਗੇ, ਉਹ ਟੁੱਟਦੇ ਗਏ। ਔਰ ਉਹ ਸਿਰਫ ਇਸ ਪਿੱਛੇ ਨਹੀਂ ਟੁੱਟੇ ਕਿ ਕੋਈ ਕਿਤੇ ਚਲਾ ਗਿਆ, ਉਹ ਤਾਂ ਇੱਕ ਚੀਜ਼ ਹੈ। ਔਰ ਜੇ ਚਲਾ ਵੀ ਗਿਆ ਤਾਂ ਅੱਜ ਦੀ ਟੈਕਨੋਲੋਜੀ ਇਹੋ ਜਿਹੀ ਹੈ ਕਿ ਤੁਸੀਂ ਸੈੱਲ ਫੋਨ 'ਤੇ ਜਾਂ ਕੰਪਿਊਟਰ 'ਤੇ ਗੱਲ ਕਰ ਸਕਦੇ ਹੋ, ਲੇਕਿਨ ਰਿਸ਼ਤੇ ਟੁੱਟਦੇ ਗਏ। ਇੱਕ ਹੀ ਜਗ੍ਹਾ ਤੇ ਰਹਿੰਦੇ ਹੋਏ ਕਈ ਵਾਰ ਦੋ ਕਮਰਿਆਂ 'ਚ ਰਹਿ ਰਹੇ ਹਾਂ, ਲੇਕਿਨ ਪਰਿਵਾਰ ਇਕੱਠਾ ਨਹੀਂ ਹੈ, ਉਹ ਮਨ ਮੁਟਾਵ ਆ ਗਿਆ। ਉਹ ਮਨ ਮੁਟਾਵ ਆ ਗਿਆ। ਦੂਜੀ ਇੱਕ ਗੱਲ ਜਿਹੜੀ ਹੋਈ ਕਿ ਅਸੀਂ ਸਾਰੇ ਕੰਮ ਵਿੱਚ, ਪੈਸਾ ਕਮਾਉਣ 'ਚ, ਇੱਕ ਦੂਜੇ ਤੋਂ ਅੱਗੇ ਭੱਜਣ 'ਚ ਉੱਥੇ ਫਸ ਗਏ, ਤਾਂ ਉਸ ਵਜ੍ਹਾ ਨਾਲ ਆਪਣੇ ਨੂੰ ਕੀ ਦੇਣਾ ਔਰ ਆਪਣਿਆਂ ਨੂੰ ਕੀ ਦੇਣਾ ਉਹ ਭੁੱਲ ਗਏ, ਉਹ ਭੁੱਲ ਗਿਆ ਸੀ। ਤੀਜੀ ਜਿਹੜੀ ਚੀਜ਼ ਹੋਈ ਕਿ ਖੁਸ਼ੀਆਂ ਜਿਹੜੀਆਂ ਹੁੰਦੀਆਂ ਨਾ, ਖੁਸ਼ੀਆਂ ਬਾਹਰੋਂ ਨਹੀਂ ਹੁੰਦੀਆਂ, ਖੁਸ਼ੀਆਂ ਸ਼ਰਾਬ ਦੀ ਬੋਤਲ 'ਚ ਨਹੀਂ ਹੁੰਦੀਆਂ, ਖੁਸ਼ੀਆਂ ਸੁਲਫੇ 'ਚ ਨਹੀਂ ਹੁੰਦੀਆਂ, ਕਿਉਂਕਿ ਜੇ ਹੁੰਦਾ ਤਾਂ ਸ਼ਰਾਬ ਦੀ ਬੋਤਲ ਵੀ ਆਪੇ ਨੱਚਦੀ, ਲੇਕਿਨ ਉਹ ਬੰਦੇ ਦੇ ਅੰਦਰ ਹੀ ਜਾ ਕੇ ਨੱਚਦੀ ਹੈ। ਤਾਂ ਅਸੀਂ ਜਿਹੜੇ ਉਹ ਖੁਸ਼ੀਆਂ ਢੂੰਡੀਆਂ ਸ਼ੁਰੂ ਕੀਤੀਆਂ ਬਾਹਰੋਂ, ਆਪਣੀ ਜਿਹੜੀ ਸਾਡੀ ਖੁਸ਼ੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਈਆਂ। ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਉਹ ਇਹ ਕਿ ਦੂਜਿਆਂ ਨੂੰ ਅਸੀਂ ਕਿਵੇਂ ਖੁਸ਼ੀਆਂ ਦੇ ਸਕੀਏ ਔਰ ਦੂਜਿਆਂ ਨੂੰ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਉਸ ਤਰੀਕੇ ਨਾਲ ਜੀ ਕੇ ਉਹਨਾਂ ਨੂੰ ਜੀਣ ਦਾ ਰਸਤਾ ਦਿਖਾ ਸਕੀਏ, ਇਹ ਧੀਰੇ ਧੀਰੇ ਘੱਟ ਹੁੰਦਾ ਗਿਆ। ਬਿਲਕੁਲ। ਔਰ ਇਸ ਵਜ੍ਹਾ ਨਾਲ ਉਹ ਤਣਾਅ ਜਿਹੜਾ ਹੈ ਉਹ ਛੋਟਾ ਜਿਹਾ ਸੀਗਾ, ਇੱਕ ਵਰਡ, ਉਹ ਘੁਸਿਆ, ਉਹ ਧੀਰੇ ਧੀਰੇ ਵੱਡਾ ਹੁੰਦਾ ਗਿਆ। ਹੁਣ ਹਰ ਚੀਜ਼ ਦੇ ਵਿੱਚ, ਔਰ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ 'ਚ ਸ਼ੁਰੂ ਹੁੰਦਾ ਹੈਗਾ, ਐਕਚੁਅਲੀ ਸਿਰਫ ਬੱਚਿਆਂ 'ਚ ਹੀ ਨਹੀਂ ਹੁੰਦਾ, ਬੱਚੇ ਹੋਣ ਤੋਂ ਪਹਿਲਾਂ ਵੀ ਸ਼ੁਰੂ ਹੁੰਦਾ। ਅੱਛਾ। ਕਿ ਰਿਸ਼ਤੇ ਜਿਹੜੇ ਨੇ ਰਿਸ਼ਤੇ ਬਣਨੇ ਪਹਿਲਾਂ ਸ਼ੁਰੂ ਹੋਣ, ਫਿਰ ਰਿਸ਼ਤੇ ਬਣਨੇ ਸ਼ੁਰੂ ਹੋਣ ਔਰ ਰਿਸ਼ਤੇ ਚੱਲਣੇ ਸ਼ੁਰੂ ਹੋਣ, ਔਰ ਫਿਰ ਦੋ ਲੋਕ ਡਿਸਾਈਡ ਕਰਨ ਕਿ ਬੱਚਾ ਹੋਵੇ ਔਰ ਉਹਦੀ ਖੁਸ਼ੀ ਹੋਵੇ, ਔਰ ਉਸ ਤੋਂ ਬਾਅਦ ਉਹਨੂੰ ਕਿਸ ਤਰੀਕੇ ਨਾਲ ਪਰਿਵਾਰ ਦਾ ਹਿੱਸਾ ਬਣਾ ਕੇ ਉਸ ਤੋਂ ਖੁਸ਼ੀ ਲੈਣੀ ਵੀ ਹੈ, ਉਹਨੂੰ ਦੇਣੀ ਵੀ ਹੈ। ਕਿਉਂਕਿ ਹੁਣ ਤਾਂ ਪਹਿਲਾਂ ਜਦੋਂ ਆਪਾਂ ਇਹ ਖੁਸ਼ੀ ਐਡ ਕਰਦੇ ਹਾਂ ਕਿ ਘਰ 'ਚ ਬੱਚਾ ਆਉਣਾ ਚਾਹੀਦਾ, ਉਦੋਂ ਬਹੁਤ ਖੁਸ਼ੀ ਹੁੰਦੀ ਹੈ, ਲੇਕਿਨ ਜਦੋਂ ਬੱਚਾ ਆ ਜਾਂਦਾ ਹੈ ਉਦੋਂ ਤਣਾਅ ਲੈਵਲ ਹੋਰ ਵੱਧ ਜਾਂਦਾ ਹੈ। ਅੱਜ ਕੱਲ੍ਹ ਜੋ ਵਰਕਿੰਗ ਪੇਰੈਂਟਸ ਨੇ ਉਹਨਾਂ ਲਈ ਇਹ ਬਹੁਤ ਜ਼ਿਆਦਾ ਸਟ੍ਰੈੱਸ ਦਾ ਕਾਰਨ ਬਣਦਾ ਜਾ ਰਿਹਾ ਹੈ ਕਿ ਬੱਚੇ ਨੂੰ ਕੌਣ ਦੇਖੇਗਾ, ਫਿਰ ਆਪਾਂ ਮੇਟਸ ਹੋ ਗਏ ਜਾਂ ਘਰੇ ਬਾਈਆਂ ਵਗੈਰਾ ਹੋ ਗਈਆਂ ਉਹ ਰੱਖਦੇ ਹਾਂ, ਲੇਕਿਨ ਫਿਰ ਘਰ 'ਚ ਆਪਸ 'ਚ ਵੀ ਝਗੜੇ ਸ਼ੁਰੂ ਹੋ ਜਾਂਦੇ ਕਿ ਤੂੰ ਨਹੀਂ ਦੇਖਦੀ, ਫਿਰ ਉਹ ਬੋਲਦੇ ਕਿ ਤੁਸੀਂ ਨਹੀਂ ਦੇਖਦੇ, ਮੈਂ ਹੀ ਠੇਕਾ ਲਿਆ ਹੋਇਆ ਕਿ ਬੱਚਿਆਂ ਨੂੰ ਦੇਖਣ ਦਾ। ਉਹਦੇ ਕਾਰਨ ਇੱਕ ਬੱਚੇ ਨੂੰ ਜੋ ਅਟੈਨਸ਼ਨ ਮਿਲਣਾ ਚਾਹੀਦਾ ਉਹ ਕਿਤੇ ਨਾ ਕਿਤੇ ਇਗਨੋਰ ਹੋ ਜਾਂਦਾ ਹੈ। ਇੱਕ ਤਾਂ ਉਹ ਆ, ਦੂਜਾ ਇੱਕ ਇਹ ਵੀ ਹੋ ਰਿਹਾ ਕਿ ਕਈ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਟੈਨਸ਼ਨਸ ਜਾਂ ਕੁਛ ਦਿਮਾਗੀ ਪਰੇਸ਼ਾਨੀਆਂ ਹੁੰਦੀਆਂ ਨੇ। ਆਂਕੜੇ ਦੱਸਦੇ ਨੇ ਕਿ ਕਰੀਬਨ 10% ਬੱਚਿਆਂ 'ਚ, ਮਤਲਬ 10 ਬੱਚਿਆਂ 'ਚੋਂ ਇੱਕ ਬੱਚੇ ਨੂੰ ਇੰਨੀਆਂ ਪ੍ਰੋਬਲਮ ਨੇ ਕਿ ਉਹਨੂੰ ਅੱਜ ਕਿਸੇ ਨੂੰ ਜਾ ਕੇ ਕਾਉਂਸਲਰ ਹੋਏ, ਸਾਈਕੋਲੋਜਿਸਟ ਹੋਏ, ਸਾਈਕੈਟ੍ਰਿਸਟ ਹੋਏ, ਉਹਨੂੰ ਮਿਲਣ ਦੀ ਜ਼ਰੂਰਤ ਹੈਗੀ। ਔਰ ਉਸਦਾ ਵੀ ਕਈ ਵਾਰ ਘਰਾਂ 'ਚ ਤਣਾਅ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾਂ ਉਹਨਾਂ ਚੀਜ਼ਾਂ ਨੂੰ ਦੇਖਣ ਲਈ ਕੁਛ ਲੋਕ ਸੀਗੇ ਜਿਹੜੇ ਗਾਈਡੈਂਸ ਕਰ ਦਿੰਦੇ ਸੀਗੇ, ਛੋਟੀ ਮੋਟੀ ਗੱਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਪਰਿਵਾਰਾਂ 'ਚ ਆਪਸ 'ਚ ਡਿਸਕਸ ਕਰਕੇ ਦੇਖ ਕੇ, ਕੋਈ ਚਾਚਾ ਚਾਚੀ, ਕੋਈ ਵੱਡੇ ਬਜ਼ੁਰਗ ਸੀਗੇ, ਨਹੀਂ ਤਾਂ ਵੱਡਾ ਕਜ਼ਨ ਸੀਗਾ ਉਹ ਥੋੜ੍ਹਾ ਜਿਹਾ ਲੈ ਲੈਂਦਾ ਸੀ, ਹੁਣ ਸਾਰੇ ਆਪਣੇ 'ਚ ਸੀਮਿਤ ਨੇ। ਤਾਂ ਇਹ ਜਿਹੜਾ ਤੁਸੀਂ ਗੱਲ ਕਹੀ ਕਿ ਬੱਚੇ ਨੂੰ ਪਾਲਣਾ ਜਿਹੜਾ ਹੈਗਾ ਉਹਦਾ ਵੀ ਆਪਣਾ ਇੱਕ ਤਣਾਅ ਸ਼ੁਰੂ ਹੋ ਜਾਂਦਾ, ਔਰ ਠੀਕ ਤਰੀਕੇ ਨਾਲ ਪਾਲਣਾ। ਔਰ ਮੰਨ ਲਓ ਘਰ 'ਚ ਕੋਈ ਤਕਲੀਫ ਚੱਲ ਰਹੀ ਹੈ, ਮੰਨ ਲਓ ਹਸਬੈਂਡ ਵਾਈਫ ਆਪਸ 'ਚ ਲੜਦੇ ਨੇ, ਜਾਂ ਫਾਦਰ ਬਹੁਤ ਡਰਿੰਕ ਕਰਦਾ, ਜਾਂ ਕਿਸੇ ਨੂੰ ਡਰੱਗ ਦੀ ਆਦਤ ਪਈ ਹੋਈ ਹੈ, ਲਿਆ ਜਿੰਨਾ ਉਹ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਉਹਨਾਂ ਕੋਲ ਹੈ ਨਹੀਂ, ਜਾਂ ਉਹਨਾਂ ਕੋਲ ਹੈ ਲੇਕਿਨ ਪੜੋਸੀ ਕੋਲ ਜ਼ਿਆਦਾ ਹੈਗਾ, ਅਤੇ ਉਹਦੀ ਜਿਹੜੀ ਟੈਨਸ਼ਨ ਹੈ ਕਿ ਉਹਦੇ ਕੋਲ ਆਡੀ ਹੈਗੀ ਅਤੇ ਮੇਰੇ ਕੋਲ ਸਿਰਫ ਮਾਰਤੀ ਹੈਗੀ। ਅਤੇ ਇਹ ਜਿਹੜੀਆਂ ਗੱਲਾਂ ਨੇ ਇਹ ਪਰਿਵਾਰਾਂ 'ਚ ਧੀਰੇ ਧੀਰੇ ਬੱਚਿਆਂ ਨੂੰ ਬੈਠ ਕੇ, ਮਿਲ ਕੇ, ਗੱਲਬਾਤ ਕਰਕੇ, ਖੁਸ਼ੀਆਂ ਦੇ ਪਾਉਣਾ, ਉਹਨਾਂ ਦੀ ਪ੍ਰੋਬਲਮ ਨੂੰ ਸਮਝ ਪਾਉਣਾ, ਉਹਨਾਂ ਨੂੰ ਗਾਈਡ ਕਰ ਪਾਉਣਾ, ਉਹ ਘੱਟ ਹੁੰਦਾ ਜਾ ਰਿਹਾ। ਔਰ ਬੱਚੇ ਹੀ ਨਹੀਂ, ਫਿਰ ਉਹ ਜਿਵੇਂ ਥੋੜ੍ਹੇ ਵੱਡੇ ਹੁੰਦੇ ਨੇ ਅਤੇ ਐਡੋਲੈਸੈਂਸ 'ਚ ਆਉਂਦੇ ਨੇ, ਉਸ ਵਕਤ ਵੈਸੇ ਹੀ ਥੋੜ੍ਹੀਆਂ ਬਹੁਤ ਪ੍ਰੋਬਲਮਸ ਹੁੰਦੀਆਂ ਨੇ, ਅੱਜ ਉਹ ਜਿਹੜੀਆਂ ਨੇ ਉਹ ਬਹੁਤ ਵੱਡੇ ਤਰੀਕੇ ਨਾਲ ਉੱਭਰ ਕੇ ਆ ਰਹੀਆਂ ਨੇ।
ਮੈਨੂੰ ਡਾਕਟਰ ਸਾਹਿਬ ਐਂ ਲੱਗਦਾ ਹੈ ਕਿ ਇਹ ਚੀਜ਼ ਨੂੰ ਬਹੁਤ ਜ਼ਿਆਦਾ ਗਹਿਰਾਈ ਨਾਲ ਸੋਚਣ ਦੀ ਲੋੜ ਹੈ ਕਿ ਘਰ ਦਾ ਮਾਹੌਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਜੇ ਤੁਸੀਂ ਸਟ੍ਰੈਸ ਲੈਵਲ ਬੱਚਿਆਂ 'ਚ ਘੱਟ ਕਰਨਾ ਚਾਹ ਰਹੇ ਹੋ। ਜੇ ਮੈਂ ਸਿਰਫ ਪਰਟੀਕੁਲਰਲੀ ਬੱਚਿਆਂ ਦੀ ਗੱਲ ਕਰਾਂ ਤਾਂ ਇੱਕ ਛੋਟਾ ਬੱਚਾ ਹੈ, ਉਹਨੂੰ ਸਮਝ ਨਹੀਂ ਹੈ ਕੀ ਸਹੀ ਹੈ ਕੀ ਗਲਤ ਹੈ, ਲੇਕਿਨ ਘਰ 'ਚ ਜੋ ਮਾਹੌਲ ਚੱਲ ਰਿਹਾ ਹੈ ਉਹਦੇ ਕਾਰਨ ਕੁਛ ਨਾ ਕੁਛ ਅਸਰ ਤਾਂ ਬੱਚੇ 'ਚ ਹੁੰਦਾ ਹੀ ਹੈ, ਪੂਰਾ ਉਹਦੀ ਡਿਵੈਲਪਮੈਂਟ 'ਚ ਵੀ ਹੁੰਦਾ ਹੈ। ਕੁਛ ਨਹੀਂ ਕੁਛ ਨਹੀਂ, ਪੂਰਾ ਅਸਰ ਉਸ ਤਾਂ ਹੀ ਹੁੰਦਾ। ਬੱਚੇ ਦੀ ਇੱਕ ਪਰਸਨੈਲਿਟੀ ਹੈ ਜਿਹੜੀ ਕਿ ਉਹ ਆਪਣੇ ਸੰਸਕਾਰਾਂ ਨਾਲ ਆਇਆ ਹੈਗਾ ਜੀ, ਕਹੋ ਆਪਣੇ ਕਰਮਾਂ ਨਾਲ ਆਇਆ ਹੈਗਾ, ਉਹਦੀ ਜੈਨੇਟਿਕ ਮੇਕਅਪ ਵੀ ਉਸੇ ਕਰਮਾਂ ਦਾ ਹਿੱਸਾ ਹੈਗਾ। ਲੇਕਿਨ ਉਸ ਤੋਂ ਬਾਅਦ ਜਿਹੜਾ ਜਿਹੜਾ ਮਾਹੌਲ ਮਿਲਦਾ ਹੈਗਾ, ਜੋ ਜੋ ਆਪਣੇ ਆਸ ਪਾਸ ਦੇਖਦਾ ਹੈਗਾ, ਔਰ ਆਪਣੇ ਆਸ ਪਾਸ ਸਿਰਫ ਹੁਣ ਪਰਿਵਾਰਾਂ ਤੱਕ ਹੀ ਸੀਮਿਤ ਨਹੀਂ ਰਹਿ ਗਿਆ, ਪਰਿਵਾਰਾਂ ਵਿੱਚ ਇੱਕ ਹੋਰ ਮੈਂਬਰ ਆ ਗਿਆ ਹੈਗਾ ਟੈਲੀਵਿਜ਼ਨ। ਬਿਲਕੁਲ ਸਹੀ, ਉਹ ਜਿਹੜਾ ਹੈਗਾ ਮੈਂਬਰ ਉਹ ਇੱਕ ਤਰਫ ਤੇ ਚੱਲੀ ਜਾ ਰਿਹਾ ਹੈਗਾ ਜੀ, ਉੱਥੇ ਉਹ ਜਿਹੜਾ ਦੇਖਦਾ ਹੈਗਾ ਆਪਣੇ ਮਾਂ ਪਿਓ ਨੂੰ ਕੁਛ ਗੱਲਾਂ ਕਰਦੇ ਜਿਹੜਾ ਦੇਖਦਾ ਹੈਗਾ, ਉਹ ਉਹਦੇ ਦਿਮਾਗ ਦੇ ਉੱਤੇ ਛਪਦਾ ਰਹਿੰਦਾ ਜੀ, ਔਰ ਉਹ ਧੀਰੇ 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 ਉਹਦੀ ਪਰਸਨੈਲਿਟੀ ਜਿਹੜੀ ਹੈ ਉਹਦੇ ਹਿਸਾਬ ਨਾਲ ਡਿਵੈਲਪ ਹੁੰਦੀ ਹੈ। ਬਿਲਕੁਲ, ਅਸੀਂ ਸੋਚਦੇ ਹਾਂ ਕਿ ਜੀ ਜਿਹੜਾ ਅਸੀਂ ਬੱਚੇ ਨੂੰ ਕਵਾਂਗੇ ਸਿਰਫ ਉਹੀ ਮੰਨੂਗਾ, ਲੇਕਿਨ ਬੱਚਾ ਕੋਈ ਇਹ ਜਿਹਾ ਪੇਪਰ ਨਹੀਂ ਹੈ ਕਿ ਜਿਹਦੇ ਉੱਤੇ ਤੁਸੀਂ ਪੇਂਟਿੰਗ ਕਰ ਸਕੋ ਜੀ। ਬਿਲਕੁਲ, ਬੱਚਾ ਖੁਦ ਵੀ ਉਸ ਚੀਜ਼ ਨੂੰ ਰਿਸਪੋਂਡ ਕਰਦਾ ਹੈਗਾ ਜੀ, ਜਿਹੜੀਆਂ ਜਿਹੜੀਆਂ ਆਪਸ 'ਚ ਮਾਂ ਪਿਓ ਦੇ ਤਣਾਅ ਨੇ ਜਾਂ ਸਮਾਜ ਦੀਆਂ ਚੀਜ਼ਾਂ ਉਹ ਦੇਖਦਾ ਹੈਗਾ, ਸੁਣਦਾ ਹੈਗਾ, ਉਹਦਾ ਵੀ ਉਹਦੇ ਉੱਤੇ ਅਸਰ ਹੁੰਦਾ, ਔਰ ਉਸ ਅਸਰ ਦੀ ਵਜ੍ਹਾ ਨਾਲ ਧੀਰੇ ਧੀਰੇ ਉਹ ਬਦਲਦਾ ਰਹਿੰਦਾ ਹੈਗਾ। ਔਰ ਜੇ ਆਸ ਪਾਸ ਨੈਗੇਟਿਵਿਟੀ ਚੱਲ ਰਹੀ ਹੈ ਤਾਂ ਉਹ ਨੈਗੇਟਿਵਲੀ ਬਦਲੂਗਾ, ਜੇ ਉਹਨੂੰ ਉਹ ਪੂਰੀ ਕੈਚ ਕਰੇਗਾ, ਬਲਕਿ ਉਹ ਜਲਦੀ ਕੈਚ ਹੁੰਦੀ ਹੈ ਜੀ, ਉਹ ਇਸ ਪਿੱਛੇ ਜਲਦੀ ਕੈਚ ਹੁੰਦੀ ਹੈ ਕਿਉਂਕਿ ਉਸ ਚੀਜ਼ 'ਚ ਬੁੱਧੀ ਲਗਾਉਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਅੱਛਾਈ ਦੇ ਵਿੱਚ ਤੁਹਾਨੂੰ ਕਰਨ ਲਈ ਵੀ ਔਰ ਸਿੱਖਣ ਲਈ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਪੈਂਦਾ, ਅਟੈਂਸ਼ਨ ਦੇਣਾ ਪੈਂਦਾ। ਅਤੇ ਜੇ ਮਾਈਂਡਲੈਸਲੀ ਕੋਈ ਚੀਜ਼ ਹੋ ਰਹੀ ਹੈ, ਉਹ ਕਿਸੇ ਨੂੰ ਕਰਦੇ ਦੇਖ ਰਿਹਾ ਹੈਗਾ, ਪਿਓ ਨੂੰ ਗੁੱਸਾ ਕਰਦੇ ਦੇਖ ਰਿਹਾ ਹੈਗਾ, ਥੱਪੜ ਮਾਰਦੇ ਦੇਖ ਰਿਹਾ ਹੈਗਾ, ਰਾਤੀ ਦਾਰੂ ਪੀ ਕੇ ਉਲਟੇ ਹੁੰਦੇ ਦੇਖ ਰਿਹਾ ਹੈਗਾ, ਅਤੇ ਉਹ ਵੀ ਉਹਦੇ ਦਿਮਾਗ 'ਤੇ ਛਾਪਦਾ ਨਾ। ਬਿਲਕੁਲ, ਜੇ ਕੋਈ ਬੜਕਾ ਮਾਰ ਰਿਹਾ ਹੈਗਾ ਤੇ ਉਹਨੂੰ ਵੀ ਤੇ ਲੱਗਦਾ ਨਾ ਕਿ ਹਾਂਜੀ ਇਹ ਬਹੁਤ ਅੱਛੀ ਤਰੀਕਾ ਹੈਗਾ ਦੂਜੇ ਨੂੰ ਥੱਲੇ ਗਿਰਾਉਣ ਦਾ। ਰਾਈਟ, ਤੇ ਇਹ ਜਿਹੜਾ ਹੈਗਾ, ਇਹ ਪ੍ਰੋਸੈਸ ਜਿਹੜਾ ਹੈਗਾ, ਇਹਦੇ ਬਾਰੇ 'ਚ ਮੇਰੇ ਖਿਆਲ ਨਾਲ ਸਾਨੂੰ ਸਭ ਨੂੰ ਹਰ ਸਮਾਜ ਦੇ ਹਿੱਸੇ ਨੂੰ, ਪਰ ਕਿਉਂਕਿ ਪੰਜਾਬੀ ਹਰ ਚੀਜ਼ 'ਚ ਅੱਗੇ ਨੇ ਤਾਂ ਮੇਰਾ ਖਿਆਲ ਹੈ ਇਸ 'ਚ ਵੀ ਪੰਜਾਬੀਆਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਕਿ ਕਿਵੇਂ ਅਸੀਂ ਆਪਣੇ ਅੰਦਰ ਬਦਲਾਵ ਲਿਆ ਸਕੀਏ ਰਾਈਟ, ਤਾਂ ਕਿ ਦੂਜਿਆਂ ਨੂੰ ਵੀ ਉਸ ਬਦਲਾਵ ਦਾ ਹਿੱਸਾ ਬਣਾ ਸਕੀਏ, ਕਿਉਂਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਸੋਚਦੇ ਹੀ ਨਹੀਂ ਹਾਂ। ਬਿਲਕੁਲ, ਘਰ ਦਾ ਮਾਹੌਲ ਵੀ ਕਿਵੇਂ ਦਾ ਰੱਖਣਾ ਹੈ, ਔਰ ਜੇ ਆਪਾਂ ਕਰੀਅਰ ਦੀ ਗੱਲ ਕਰੀਏ, ਹੁਣ ਜਿਵੇਂ ਬੱਚਾ ਵੱਡਾ ਹੋ ਰਿਹਾ ਹੈ ਔਰ ਉਹਦੇ ਕਰੀਅਰ ਦੀ ਵੀ ਗੱਲ ਆ ਰਹੀ ਹੈ, ਉਹਦੇ ਉੱਪਰ ਵੀ ਬਹੁਤ ਸਾਰਾ ਸਟ੍ਰੈਸ ਅੱਜ ਕੱਲ੍ਹ ਘਰਾਂ 'ਚ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਨੇ ਕੀ ਚੂਜ਼ ਕਰਨਾ ਹੈ, ਕੀ ਕਰੀਅਰ ਚੂਜ਼ ਕਰਨਾ ਹੈ, ਉਹਦੇ ਉੱਪਰ ਵੀ ਬਹੁਤ ਜ਼ਿਆਦਾ ਸਟ੍ਰੈਸ ਲੈਵਲ ਵੱਧ ਗਿਆ। ਬੱਚੇ ਨੂੰ ਤਾਂ ਹੁੰਦਾ ਹੀ ਹੈ, ਪੇਰੈਂਟਸ ਨੂੰ ਵੀ ਹੁੰਦਾ ਹੈ ਉਸ ਚੀਜ਼ ਦੇ ਉੱਪਰ, ਕਿਉਂਕਿ ਨਾ ਦੋ ਤਿੰਨ ਗਲਤ ਧਾਰਨਾਵਾਂ ਆ ਗਈਆਂ। ਪਹਿਲੀ ਇਹ ਕਿ ਜੇ ਤੁਹਾਡਾ ਪੇ ਪੈਕਟ ਬਹੁਤ ਅੱਛਾ ਹੋਏਗਾ ਤਾਂ ਹੀ ਤੁਸੀਂ ਜ਼ਿੰਦਗੀ 'ਚ ਖੁਸ਼ ਰਹੋਗੇ ਜੀ, ਇਹ ਸੱਚਾਈ ਨਹੀਂ ਹੈਗੀ। ਹਾਂਜੀ, ਇੰਨਾ ਹੋਣਾ ਚਾਹੀਦਾ ਹੈਗਾ ਕਿ ਘਰ ਚੱਲਦਾ ਰਹੇ, ਲੇਕਿਨ ਉਸ ਤੋਂ ਬਾਅਦ ਤੁਸੀਂ ਜਿਹੜੀ ਚੀਜ਼ ਚੂਜ਼ ਕੀਤੀ ਉਸ 'ਚ ਤੁਸੀਂ ਕਿੰਨੇ ਖੁਸ਼ ਹੋ, ਉਸ 'ਚ ਤੁਹਾਨੂੰ ਕਰਨ 'ਚ ਕਿੰਨਾ ਮਜ਼ਾ ਆ ਰਿਹਾ ਹੈਗਾ, ਉਸ 'ਚ ਤੁਸੀਂ ਸਮਾਜ ਨੂੰ ਕਿੰਨਾ ਕੰਟਰੀਬਿਊਟ ਕਰ ਰਹੇ ਹੋ, ਉਹ ਬੜਾ ਇੰਪੋਰਟੈਂਟ ਹੋ ਜਾਂਦਾ। ਪਰ ਉੱਥੇ ਇੱਕ ਬੜੀ ਕੰਟਰੋਵਰਸ਼ੀਅਲ ਦੀ ਸਿਚੁਏਸ਼ਨ ਬਣ ਜਾਂਦੀ ਹੈ ਜਿੱਥੇ ਬੱਚਾ ਹੁਣ ਥੋੜ੍ਹਾ ਮੈਚੋਰਡ ਹੋ ਗਿਆ ਆਪਣਾ ਕਰੀਅਰ ਚੂਜ਼ ਕਰਨ ਲਈ, ਔਰ ਉਹ ਚਾਹੁੰਦਾ ਹੈ ਕਿ ਮੇਰਾ ਇੰਟਰਸਟ ਇਸ ਪਾਸੇ, ਪਰ ਪੇਰੈਂਟਸ ਨੂੰ ਲੱਗ ਰਿਹਾ ਕਿ ਹਲੇ ਇਹ ਤਾਂ ਬੱਚਾ ਇਹ ਚੂਜ਼ ਕਰਨ ਲਾਇਕ ਹੋਇਆ ਨਹੀਂ ਹੈ, ਇਹ ਸਿਰਫ ਆਪਣਾ ਇੰਟਰਸਟ ਦੇਖ ਰਿਹਾ, ਇਹ ਨਹੀਂ ਦੇਖ ਰਿਹਾ ਵੀ ਇਹਦੇ 'ਚ ਤਾਂ ਕੁਛ ਕਮਾਈ ਨਹੀਂ ਹੈ, ਉਹ ਫਿਰ ਉੱਥੇ ਕੌਨਫਲਿਕਟ ਆ ਜਾਂਦਾ ਹੈ, ਫਿਰ ਬੱਚੇ ਨੂੰ ਕਿਤੇ ਨਾ ਕਿਤੇ ਮਜਬੂਰ ਹੋ ਕੇ ਪੇਰੈਂਟਸ ਦੀ ਗੱਲ ਮੰਨਣੀ ਪੈਂਦੀ ਹੈ। ਲੇਕਿਨ ਪੂਰੀ ਜ਼ਿੰਦਗੀ ਫਿਰ ਮਾਂ ਪਿਓ ਨੂੰ ਕੋਸੀ ਜਾਊਗਾ ਜੇ ਖੁਸ਼ ਨਹੀਂ ਰਹੂਗਾ ਜੀ। ਦੇਖੋ, ਅੱਜ ਕੱਲ੍ਹ ਤੁਸੀਂ ਗੱਲ ਬਹੁਤ ਸਹੀ ਕੀਤੀ ਕਿ ਪੇਰੈਂਟਸ ਨੂੰ ਲੱਗਦਾ ਕਿ ਉਹਨਾਂ ਨੇ ਦੁਨੀਆ ਦੇਖੀ ਹੈ ਅਤੇ ਹਾਲੇ ਉਹਨੂੰ ਕੀ ਪਤਾ, ਹਾਂਜੀ, ਅਤੇ ਬਾਅਦ 'ਚ ਜਦੋਂ ਘੱਟ ਪੈਸੇ ਹੋਣਗੇ ਔਰ ਉਹਦੇ ਦੋਸਤ ਤਾਂ ਜ਼ਿਆਦਾ ਹੋਣਗੇ ਜਾਂ ਸ਼ਾਦੀ ਉੱਨੀ ਅੱਛੀ ਨਹੀਂ ਹੋਏਗੀ, ਉੱਨਾ ਪੈਸਾ ਨਹੀਂ ਖਰਚ ਹੋਏਗਾ ਜਿੰਨਾ ਕਿ ਦੂਜੇ ਦਾ ਹੋਇਆ, ਤਾਂ ਉਹਨੂੰ ਫਰਕ ਪਏਗਾ, ਜ਼ਰੂਰ ਪੈਂਦਾ। ਲੇਕਿਨ ਇੱਕ ਗੱਲ ਹੋਰ ਸੋਚੋ, ਅੱਜ ਤੋਂ 25 ਸਾਲ ਪਹਿਲਾਂ ਇੰਜੀਨੀਅਰ ਜਿਹੜੇ ਸੀਗੇ ਉਹਨਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਸੀ। ਬਿਲਕੁਲ, 30 ਸਾਲ ਪਹਿਲਾਂ ਡਾਕਟਰਾਂ ਦੀ ਸੀ ਜੀ, 25 ਸਾਲ ਪਹਿਲਾਂ ਉਹਨਾਂ ਦੀ ਹੋਈ, ਫਿਰ 20 ਸਾਲ ਪਹਿਲਾਂ ਚਾਰਟਰਡ ਅਕਾਊਂਟੈਂਟ ਦੀ ਹੋਈ, ਫਿਰ ਉਸ ਤੋਂ ਬਾਅਦ ਕੰਪਿਊਟਰ ਇੰਜੀਨੀਅਰ ਦੀ ਹੋਈ ਜੀ, ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੇ ਲੋਕ ਦੂਜੇ ਆਰਟਸ ਵਿੱਚ ਜਾਂਦੇ ਨੇ
ਜਾਂ ਮੀਡੀਆ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਹੋਈ ਤੇ ਇਹ ਤਾਂ ਪੰਜ ਸਾਲਾਂ 'ਚ ਬਦਲ ਰਿਹਾ। ਬਿਲਕੁਲ। ਲੇਕਿਨ ਜਿਹੜਾ ਤੁਸੀਂ ਕੰਮ ਚੂਜ਼ ਕਰਦੇ ਹੋ ਤੁਹਾਡੀ ਪੂਰੀ ਜ਼ਿੰਦਗੀ ਲਈ ਹੈ ਤੇ ਜ਼ਰੂਰੀ ਇਹ ਹੋ ਜਾਂਦਾ ਹੈਗਾ ਕਿ ਮੈਂ ਕੀ ਅੱਛਾ ਕਰ ਸਕਦਾ, ਮੈਂ ਉਸ 'ਚ ਕਿੰਨਾ ਅੱਗੇ ਤੱਕ ਜਾ ਸਕਦਾ। ਬਿਲਕੁਲ। ਔਰ ਉਹਦੇ ਲਈ ਮੇਰੀ ਬੁੱਧੀ ਕਿਹੋ ਜਿਹੀ ਹੈ, ਮੇਰੀ ਬੁੱਧੀ ਕਿ ਉਸ ਚੀਜ਼ 'ਚ ਫਿੱਟ ਹੁੰਦੀ ਹੈ ਕਿ ਨਹੀਂ ਹੁੰਦੀ। ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਹਰ ਬੰਦਾ ਇੱਕੋ ਹੀ ਚੀਜ਼ 'ਤੇ ਨਹੀਂ ਕਰ ਸਕਦਾ, ਕਿਉਂਕਿ ਕਦੀ ਕਦੀ ਮਨ ਕਰਦਾ ਹੈ ਕਿ ਹਾਂ ਇਸ ਕੰਮ ਅਸੀਂ ਵੀ ਕਰ ਸਕਦੇ ਹਾਂ, ਲੇਕਿਨ ਸਾਡੇ ਅੰਦਰ ਉਹ ਕੁਆਲਿਟੀਜ਼ ਵੀ ਹੋਣੀਆਂ ਚਾਹੀਦੀਆਂ। ਤਾਂ ਜਦੋਂ ਮੇਰਾ ਖਿਆਲ ਹੈ ਅਸੀਂ ਇਹ ਚੀਜ਼ ਨੂੰ ਉੱਥੇ ਤੱਕ ਪਹੁੰਚਦੇ ਹਾਂ, ਦੇਖਦੇ ਹਾਂ, ਤਦ ਤੱਕ ਬੱਚੇ 'ਚ ਅਤੇ ਮਾਂ ਪਿਓ 'ਚ, ਔਰ ਵੈਸੇ ਜਿਹੜਾ ਉਸ ਸਟੇਜ 'ਤੇ ਪਹੁੰਚ ਗਿਆ ਹੈਗਾ ਕਿ ਹੁਣ ਕੈਰੀਅਰ ਨੂੰ ਚੂਜ਼ ਕਰ ਲਿੱਤਾ ਉਹਨੇ ਜਾਂ ਕਰਨਾ ਹੈਗਾ, ਤਾਂ ਉਹਨੂੰ ਬੱਚਾ ਵੀ ਕਹਿਣਾ ਠੀਕ ਨਹੀਂ ਹੈ, ਕਿਉਂਕਿ ਐਕਚੁਲੀ ਉਸ ਸਮੇਂ ਉਹ ਅਧਰ 'ਚ ਲਟਕਿਆ ਹੋਇਆ। ਰਾਈਟ। ਅਸੀਂ ਉਹਨੂੰ ਬੱਚਾ ਬਣਾ ਰਹੇ ਹਾਂ, ਕਦੀ ਉਹਨੂੰ ਵੱਡਾ ਬਣਾ ਰਹੇ ਹਾਂ, ਅਤੇ ਉਹ ਦੋਨਾਂ ਦੇ ਵਿੱਚ ਉਹ ਡਿਸਾਈਡ ਨਹੀਂ ਕਰ ਪਾ ਰਹੇ ਹਾਂ ਕਿ ਉਹ ਬੱਚਾ, ਜਦੋਂ ਇਹ ਵਾਲੀ ਗੱਲਾਂ ਨੇ ਤਾਂ ਉਹ ਬੱਚਾ ਹੈਗਾ, ਲੇਕਿਨ ਕੰਮ ਕਰਨੇ ਨੇ ਤਾਂ ਉਹ ਵੱਡਾ ਹੈਗਾ। ਰਾਈਟ। ਅਤੇ ਉਹ ਉਸ ਸਟੇਜ ਦੇ ਉੱਤੇ ਉਸ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਗੱਲ ਹੋ ਜਾਂਦੀ ਹੈ ਉਹ ਇਹ ਕਿ ਅਸੀਂ ਆਪਣਾ ਆਪਸ 'ਚ ਪਰਿਵਾਰ ਦੇ ਵਿੱਚ ਰਿਸ਼ਤਾ ਕਿਹੋ ਜਿਹਾ ਬਣਾਇਆ, ਉਹ ਬਹੁਤ ਜ਼ਰੂਰੀ ਹੈ, ਔਰ ਕਿੰਨਾ ਖੁੱਲ੍ਹ ਕੇ ਅਸੀਂ ਗੱਲ ਕਰ ਸਕਦੇ ਹਾਂ, ਔਰ ਕਿੰਨਾ ਤਣਾਵ ਦੇ ਬਿਨਾਂ ਗੱਲ ਕਰ ਸਕਦੇ ਹਾਂ। ਹਾਂ, ਕਿਉਂਕਿ ਅੱਜ ਕੱਲ੍ਹ ਬੱਚੇ ਆਪਣੀ ਗੱਲ ਰੱਖਣ ਨੂੰ ਵੀ ਡਰਦੇ ਹੈ, ਜਿਹਦੇ ਕਾਰਨ ਜੋ ਤਣਾਵ ਹੈ ਬੱਚਿਆਂ 'ਚ ਔਰ ਜੋ ਸੁਸਾਈਡਲ ਕੇਸਿਸ ਦੇਖੇ ਜਾ ਰਹੇ ਅੱਜ ਕੱਲ੍ਹ ਬੱਚਿਆਂ 'ਚ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਆ, ਉਹਦਾ ਕਾਰਨ ਵੀ ਇਹ ਸਟ੍ਰੈਸ ਦਾ ਵੱਧ ਜਾਣਾ ਹੈ। ਸਟ੍ਰੈਸ ਦਾ ਵੱਧ ਜਾਣਾ ਹੈਗਾ, ਉਹਨਾਂ ਨੂੰ ਇਹ ਲੱਗਣਾ ਕਿ ਫਿਊਚਰ ਕੁਛ ਹੈਗਾ ਨਹੀਂ, ਜਾਂ ਉਹਨਾਂ ਨੂੰ ਅਸੀਂ ਕਿਹਾ ਕਿ ਜੇ ਇਹ ਤੇਰਾ ਨਹੀਂ ਹੋਇਆ ਤਾਂ ਕੋਈ ਫਿਊਚਰ ਨਹੀਂ ਹੈ, ਤੂੰ ਜੇ IIT 'ਚ ਕਲੀਅਰ ਨਹੀਂ ਕੀਤਾ ਤਾਂ ਹੋਰ ਤਾਂ ਦੁਨੀਆ 'ਚ ਸਭ ਕੁਛ ਖਤਮ ਹੈਗਾ, ਤਾਂ ਉਹਨੂੰ ਵੀ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ। ਤਾਂ ਇਸ ਪਿੱਛੇ ਇੰਪੋਰਟੈਂਟ ਇਹ ਗੱਲ ਹੋ ਜਾਂਦੀ ਹੈ ਕਿ ਆਪਣੇ ਬੱਚੇ ਦੀ ਕੀ ਚੀਜ਼ਾਂ ਦੇ ਵਿੱਚ ਸੋਚਣ ਦਾ ਤਰੀਕਾ ਹੈਗਾ, ਕੀ ਉਹਦੀਆਂ ਪ੍ਰਤਿਭਾਵਾਂ ਨੇ, ਕਿਹਨੂੰ ਉਭਾਰ ਸਕਦੇ ਹਾਂ ਅਸੀਂ, ਔਰ ਕੀ ਮਾਰਕੀਟ 'ਚ ਉਸ ਵਕਤ ਚੱਲ ਰਿਹਾ ਹੈਗਾ ਜਿਹੜਾ ਕਿ ਉਹਨੂੰ ਠੀਕ ਤਰੀਕੇ ਨਾਲ ਉਹ ਕਰ ਸਕਦਾ ਹੈਗਾ। ਇਹ ਜਦੋਂ ਸਾਰੀਆਂ ਚੀਜ਼ਾਂ ਇਕੱਠੀਆਂ ਲੈ ਕੇ ਅਤੇ ਬੱਚੇ ਨਾਲ ਬੈਠ ਕੇ, ਔਰ ਜਿਸ ਦਿਨ ਜਾ ਕੇ ਉੱਥੇ ਕਿਤੇ ਐਡਮਿਸ਼ਨ ਲੈਣੀ ਆ ਉਸ ਦਿਨ ਨਹੀਂ, ਉਸ ਤੋਂ 5 ਸਾਲ ਪਹਿਲਾਂ, 7 ਸਾਲ ਪਹਿਲਾਂ ਇਹ ਕੰਮ ਧੀਰੇ ਧੀਰੇ ਹੋਣਾ ਸ਼ੁਰੂ ਹੋ ਜਾਣਾ ਚਾਹੀਦਾ। ਪਰ ਉਹੀ ਗੱਲ ਕਿ ਜੇ ਪਰਿਵਾਰਾਂ 'ਚ ਪਲੈਨਿੰਗ ਹੋਏਗੀ, ਰਿਸ਼ਤੇ ਹੋਣਗੇ, ਸਟ੍ਰੈਸ ਘੱਟ ਹੋਣਗੇ, ਔਰ ਕੀ ਚੀਜ਼ ਮੈਨੂੰ ਖੁਸ਼ੀ ਦਊਗੀ, ਕੀ ਚੀਜ਼ ਮੇਰੇ ਪਰਿਵਾਰ ਨੂੰ ਖੁਸ਼ੀ ਦਊਗੀ, ਉਹ ਸੋਚੀਏ ਰਾਦਰ ਦੈਨ ਕਿ ਦੂਜੇ ਨੂੰ ਕੀ ਅੱਛਾ ਲੱਗੇਗਾ, ਦੂਜੇ ਕੀ ਕਹਿਣਗੇ ਜਾਂ ਨਹੀਂ ਕਹਿਣਗੇ, ਉਹਨਾਂ ਚੀਜ਼ਾਂ ਦੇ ਬਾਰੇ 'ਚ ਜੇ ਘੱਟ ਸੋਚਾਂਗੇ ਤਾਂ ਹੀ ਅਸੀਂ ਐਕਚੁਅਲ ਖੁਸ਼ੀ ਜਿਹੜੀ ਅੰਦਰ ਦੀ ਖੁਸ਼ੀ ਹੈ ਉਹਨੂੰ ਬਾਹਰ ਲੈ ਕੇ ਆਵਾਂਗੇ, ਮਹਿਸੂਸ ਕਰ ਸਕਦੇ ਹਾਂ। ਆਪਾਂ ਗੱਲ ਤਣਾਵ ਦੇ ਉੱਪਰ ਕਰ ਰਹੇ ਹਾਂ, ਔਰ ਸਪੈਸ਼ਲੀ ਮੈਂ ਬੱਚਿਆਂ ਤੋਂ ਸ਼ੁਰੂਆਤ ਕੀਤੀ ਹੈ ਕਿਉਂਕਿ ਅੱਜ ਕੱਲ੍ਹ ਇਹ ਕੇਸਿਸ ਬਹੁਤ ਵੱਧਦੇ ਜਾ ਰਹੇ ਹੈ। ਇਹਨੂੰ ਹੋਰ ਹਰ ਇੱਕ ਸਟੇਜ 'ਤੇ ਮੈਂ ਤੁਹਾਡੇ ਕੋਲ ਸਮਝਣ ਦੀ ਕੋਸ਼ਿਸ਼ ਕਰਾਂਗੀ ਕਿ ਕਿਵੇਂ ਆਪਾਂ ਤਣਾਵ ਘੱਟ ਕਰ ਸਕਦੇ ਹਾਂ, ਬਟ ਪਹਿਲਾਂ ਮੈਂ ਇਹਦੇ ਉੱਪਰ ਸੋਲਿਊਸ਼ਨ ਚਾਹੁੰਦੀ ਹਾਂ ਕਿ ਜੋ ਸਟ੍ਰੈਸ ਹੁਣ ਬੱਚਿਆਂ ਦੇ ਅੰਦਰ ਔਰ ਟੀਨੇਜਰਸ ਦੇ ਅੰਦਰ ਵੱਧਦਾ ਜਾ ਰਿਹਾ ਹੈ, ਉਹਦੇ ਉੱਪਰ ਅਸੀਂ ਕੀ ਸੋਲਿਊਸ਼ਨਸ ਲੈ ਕੇ ਆ ਸਕਦੇ ਹਾਂ? ਦੇਖੋ, ਸਭ ਤੋਂ ਪਹਿਲੀ ਜੋ ਸਮਝਣ ਦੀ ਗੱਲ ਹੈ ਕਿ ਹਰ ਪਰਿਵਾਰ ਔਰ ਐਕਚੁਲੀ ਪਰਿਵਾਰ ਦਾ ਹਰ ਬੱਚਾ ਅਲੱਗ ਅਲੱਗ ਹੈਗਾ। ਹਾਂਜੀ। ਤਾਂ ਉੱਥੇ ਇਹ ਕੰਪੈਰੀਜ਼ਨਸ ਕਿ ਮੇਰਾ ਬੱਚਾ ਕਿੰਨਾ ਸੋਹਣਾ ਹੈਗਾ, ਮੇਰੇ ਬੱਚੇ 'ਚ ਇੰਟੈਲੀਜੈਂਸ ਕਿੰਨੀ ਹੈਗੀ, ਪੜੋਸੀ ਦੇ 'ਚ ਕਿੰਨੀ ਹੈਗੀ, ਮੇਰੇ ਮਾਮੇ ਦੇ ਬੱਚੇ 'ਚ ਕਿੰਨੀ ਹੈਗੀ, ਇਹ ਘੱਟ ਕਰਦੀ, ਉਹ ਕੰਪੈਰੀਜ਼ਨਸ ਘੱਟ ਕਰਦੀ ਹੈ। ਦੂਜੀ ਗੱਲ ਕਿ ਜਦੋਂ ਬੱਚਾ ਪੈਦਾ ਹੁੰਦਾ ਹੈਗਾ ਉਹਨੂੰ ਐਕਸੀਡੈਂਟਲ ਤਰੀਕੇ ਨਾਲ ਨਾ ਆਉਂਦੇ ਹੋ, ਅਚਾਨਕ ਨਾ ਹੋ ਜਾਏ, ਉਹਦੇ ਲਈ ਬੜੀ ਪਲੈਨਿੰਗ ਦੀ ਜ਼ਰੂਰਤ ਹੈ ਜੀ, ਕਿਉਂਕਿ ਉਸ ਪਲੈਨਿੰਗ ਦੇ ਵਿੱਚ ਪਰਿਵਾਰ ਉਹਨੂੰ ਵੈਲਕਮ ਕਰਨ ਲਈ ਕਿੰਨਾ ਹੈਗਾ, ਉਹਦੇ ਫਾਈਨੈਂਸਿਸ ਕਿੰਨੇ ਨੇ, ਕਿਆ ਪਰਿਵਾਰ ਦਾ ਸੋਚਣ ਸਮਝਣ ਦਾ ਢੰਗ ਠੀਕ ਚੱਲ ਰਿਹਾ ਹੈਗਾ। ਇੱਕ ਤਰਫ ਖੂਬ ਟੈਨਸ਼ਨ ਚੱਲ ਰਹੀਆਂ, ਉਸੀ ਟੈਨਸ਼ਨ ਦੇ ਵਿੱਚ ਮਾਂ ਪ੍ਰੈਗਨੈਂਟ ਹੋ ਗਈ, ਉਹਨਾਂ ਟੈਨਸ਼ਨ ਦੇ ਨਾਲ ਹੀ ਮਾਂ ਚੱਲਦੀ ਰਹੀ, ਉਸ ਵਕਤ ਬੱਚੇ ਦੇ ਉੱਤੇ ਵੀ ਸਾਨੂੰ ਹੁਣ ਸਮਝ ਆ ਰਿਹਾ ਹੈਗਾ ਕਿ ਬੜਾ ਅਸਰ ਹੁੰਦਾ ਹੈਗਾ। ਸ਼ਾਸਤਰਾਂ 'ਚ ਤਾਂ ਲਿਖਿਆ ਹੋਇਆ ਸੀਗਾ ਕਿ ਮਾਂ ਦੀ ਜਿਹੜੀ ਮੈਂਟਲ ਸਥਿਤੀ ਹੈ ਉਹਦੇ ਨਾਲ ਉਹਦੀ ਫਿਜ਼ੀਕਲ ਸਥਿਤੀ ਦੇ ਉੱਤੇ ਵੀ ਫਰਕ ਪੈਂਦਾ ਹੈਗਾ, ਖਾਣ ਪੀਣ 'ਤੇ ਵੀ ਫਰਕ ਪੈਂਦਾ, ਔਰ ਸਪੈਸ਼ਲੀ ਜੇ ਮਾਂ ਪੀ ਰਹੀ ਹੈਗੀ, ਸ਼ਰਾਬ ਪੀ ਰਹੀ ਹੈ ਜਾਂ ਸਿਗਰਟ ਪੀ ਰਹੀ ਹੈ ਜਾਂ ਕੋਈ ਹੋਰ ਚੀਜ਼ ਪੀ ਰਹੀ ਹੈ, ਉਹਦਾ ਬਹੁਤ ਅਸਰ ਪੈਂਦਾ ਹੈਗਾ। ਉਹ ਚੀਜ਼ਾਂ ਦਾ ਸੋਚਣਾ ਬਹੁਤ ਜ਼ਰੂਰੀ ਹੁੰਦਾ, ਔਰ ਫਿਰ ਜੇ ਬੰਦਾ ਪਲਾਨ ਤਰੀਕੇ ਨਾਲ ਕਿ ਅੱਛਾ ਹੁਣ ਕੋਈ ਨਈ ਚੀਜ਼ ਆ ਰਹੀ ਹੈਗੀ ਸਾਡੇ ਪਰਿਵਾਰ ਵਿੱਚ, ਬੜੀ ਖੂਬਸੂਰਤ ਹੈਗੀ,
ਉਹਨੂੰ ਹੁਣ ਕਿਸੇ ਤਰੀਕੇ ਨਾਲ ਪਿਆਰ ਨਾਲ ਦੇ ਕੇ ਅਸੀਂ ਸਾਰੇ ਇਕੱਠੇ ਮਿਲ ਕੇ ਉਸਨੂੰ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਨਾ ਕਿ ਇੱਕ ਨਵੀਂ ਜਾਨ ਤੁਹਾਡੇ ਘਰ ਆ ਰਹੀ ਹੈ ਅਤੇ ਉਹਦਾ ਜੀਵਨ ਜੋ ਹੈ ਉਹ ਤੁਹਾਡੇ ਹੱਥਾਂ 'ਚ ਕੁਛ ਸਾਲਾਂ ਤੱਕ ਤਾਂ ਪੇਰੈਂਟਸ ਦੇ ਹੱਥਾਂ 'ਚ ਹੀ ਰਹਿੰਦਾ ਉਹ ਜੀਵਨ। ਉੱਥੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਮੁੰਡੇ ਔਰ ਕੁੜੀ ਵਿੱਚ ਉਹਦਾ ਵੀ ਬਹੁਤ ਭੇਦਭਾਵ ਨਹੀਂ ਹੋਣਾ ਫਰਕ ਹੈਗਾ। ਇਹ ਵੀ ਇੱਕ ਬਹੁਤ ਵੱਡਾ ਤਣਾਅ ਦਾ ਕਾਰਨ ਹੈ ਜੋ ਧੀਰੇ ਧੀਰੇ ਹੁਣ ਹੋਰ ਇਹਦੇ ਉੱਪਰ ਕਾਫੀ ਸਾਰੇ ਕੈਂਪਿੰਗ ਵੀ ਹੋ ਰਹੀ ਹੈ ਪੰਜਾਬ ਦੇ ਉੱਪਰ, ਬਟ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਸਟ੍ਰੈਸ ਦਾ। ਬਿਲਕੁਲ, ਸਪੈਸ਼ਲੀ ਮਾਂ ਦੇ ਲਈ ਬਹੁਤ ਵੱਡਾ ਸਟ੍ਰੈਸ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੰਡਾ ਹੋਏ ਜਾਂ ਕੁੜੀ ਹੋਏ ਦੋਨਾਂ ਨੇ ਅੱਗੇ ਜਾ ਕੇ ਪਰਿਵਾਰ ਦੇ ਵਿੱਚ ਕਿੰਨੀ ਮਦਦ ਕਰਨੀ ਹੈ, ਮਾਂ ਪਿਓ ਨੂੰ ਕਿੰਨਾ ਪਿਆਰ ਕਰਨਾ ਹੈ, ਕੁਛ ਨਹੀਂ ਕਹਿ ਸਕਦੇ। ਔਰ ਅੱਜ ਕੱਲ੍ਹ ਧੀਆਂ ਜਿਹੜੀਆਂ ਨੇ ਉਹ ਪੁੱਤਰਾਂ ਤੋਂ ਕਿਤੇ ਵੀ ਘੱਟ ਨਹੀਂ ਹੈ, ਬਿਲਕੁਲ ਘੱਟ ਨਹੀਂ ਹੈ ਪਿਆਰ ਕਰਨ 'ਚ ਖਾਸ ਤੌਰ 'ਤੇ। ਹਾਂਜੀ, ਮਾਂ ਪਿਓ ਬਿਲਕੁਲ, ਅਤੇ ਇਸ ਪਿੱਛੇ ਦੋਨਾਂ ਨੂੰ ਇਕੱਠਾ ਲੈ ਕੇ ਚੱਲਣ। ਐਂਡ ਵੈਰੀ ਫਰੈਂਕਲੀ ਕਈ ਵਾਰ ਇਹ ਦੇਖਿਆ ਜਾ ਰਿਹਾ ਹੈਗਾ ਕਿ ਕੁੜੀਆਂ ਹੁਣ ਅੱਗੇ ਆ ਕੇ ਕਈ ਤਰ੍ਹਾਂ ਦੇ ਕੰਮ ਜਿਹੜੇ ਪਹਿਲਾਂ ਕਦੀ ਨਹੀਂ ਕਰਦੀਆਂ ਸੀਗੀਆਂ ਉਹਨਾਂ ਨੂੰ ਬਖੂਬੀ ਕਰ ਰਹੀਆਂ ਨੇ, ਔਰ ਇਹ ਸਮਝ ਕੇ ਕਿ ਜੋ ਵੀ ਹੈ ਉਸ ਨੂੰ ਅਸੀਂ ਆਪਣੇ ਹੀ ਪਰਿਵਾਰ ਦਾ ਹਿੱਸਾ ਹੈ, ਮਾਂ ਪਿਓ ਦਾ ਆਪਣਾ ਹੀ ਹਿੱਸਾ ਹੈਗਾ, ਤਾਂ ਉਹਨੂੰ ਪਰਾਇਆ ਨਾ ਸਮਝੀਏ ਔਰ ਉਹਨੂੰ ਪੂਰੀ ਇੱਜ਼ਤ ਦੇਈਏ, ਉਹਨੂੰ ਪੂਰਾ ਪਿਆਰ ਦੇਈਏ ਤਾਂ ਕਿ ਉਹਦਾ ਜਿਹੜਾ ਫੁੱਲ ਪੋਟੈਂਸ਼ੀਅਲ ਹੈ ਉਹ ਅੱਗੇ ਨਿਕਲ ਕੇ ਆ ਸਕੇ। ਮਤਲਬ ਇਹ ਛੋਟੇ ਛੋਟੇ ਸੋਲਿਊਸ਼ਨ ਜੇ ਅਸੀਂ ਆਪਣੇ ਘਰਾਂ 'ਚ ਲੈ ਕੇ ਆਈਏ ਤਾਂ ਅਸੀਂ ਆਟੋਮੈਟਿਕ ਜੋ ਤਣਾਅ ਔਰ ਸਟ੍ਰੈਸ ਹੈ ਉਹ ਘੱਟ ਕਰ ਸਕਦੇ ਹਾਂ। ਔਰ ਬੱਚਿਆਂ ਨੂੰ ਛੋਟੀ ਛੋਟੀ ਏਜ 'ਚ ਹੀ ਸਾਨੂੰ ਡਾਕਟਰ ਕੋਲ ਜਾਣ ਦੀ ਔਰ ਕਾਉਂਸਲਿੰਗ ਕਰਾਉਣ ਦੀ ਲੋੜ ਨਹੀਂ ਪਏਗੀ। ਜੇ ਪਵੇ ਤਾਂ ਵੀ ਠੀਕ ਹੈ, ਪਰ ਕੋਸ਼ਿਸ਼ ਕਰੀਏ ਕਿ ਉਹਨੂੰ ਅਵੋਇਡ ਕਰ ਸਕੀਏ। ਬਿਲਕੁਲ, ਜੇ ਘਰ ਦਾ ਮਾਹੌਲ ਅੱਛਾ ਰਹੇਗਾ ਤਾਂ ਐਟਮੋਸਫੇਅਰ ਆਪਣੇ ਆਪ ਅੱਛਾ ਹੋ ਜਾਏਗਾ ਨਾ। ਅਤੇ ਡਾਕਟਰ ਸਾਹਿਬ, ਇਹਨੂੰ ਆਪਾਂ ਕੰਟੀਨਿਊ ਕਰਾਂਗੇ ਅਗਲੇ ਐਪੀਸੋਡ 'ਚ ਔਰ ਜਾਣਾਂਗੇ ਕਿ ਹੋਰ ਕਿਹੜੇ ਕਿਹੜੇ ਲੈਵਲ ਦੇ ਸਟ੍ਰੈਸ ਸਾਡੀ ਜ਼ਿੰਦਗੀ 'ਚ ਆਉਂਦੇ ਨੇ ਔਰ ਅਸੀਂ ਹੋਰ ਸੋਲਿਊਸ਼ਨ ਢੂੰਡਣ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਪੂਰੀ ਕੜੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਥੈਂਕ ਯੂ। ਤਣਾਅ ਇੱਕ ਇੰਨਾ ਵੱਡਾ ਸ਼ਬਦ ਹੈ, ਲੇਕਿਨ ਜੇ ਅਸੀਂ ਇਹਨੂੰ ਗੂੜੇ ਤਰੀਕੇ ਨਾਲ ਸਮਝੀਏ ਔਰ ਇਹਦੇ ਉੱਪਰ ਕੰਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਤਣਾਅ ਸਾਡੀ ਜ਼ਿੰਦਗੀ 'ਚੋਂ ਚੁਟਕੀ ਭਰ ਕਰਕੇ ਨਿਕਲ ਸਕਦਾ ਹੈ। ਲੇਕਿਨ ਇਹਦੇ ਉੱਪਰ ਜ਼ਰੂਰਤ ਹੈ ਸਾਨੂੰ ਗਹਿਰਾਈ ਨਾਲ ਸੋਚਣ ਦੀ ਔਰ ਸ਼ੁਰੂਆਤ ਕਰਨ ਦੀ ਲੋੜ ਹੈ ਆਪਣੇ ਘਰ ਤੋਂ, ਆਪਣੇ ਰਿਸ਼ਤਿਆਂ ਨੂੰ ਅੱਛਾ ਕਰਨ ਦੀ। ਔਰ ਜਦੋਂ ਆਪਣੇ ਰਿਸ਼ਤੇ ਅੱਛੇ ਹੋ ਜਾਣਗੇ ਉਹਨੂੰ ਦੇਖ ਕੇ ਜੋ ਸਾਡੇ ਬੱਚੇ ਵੱਡੇ ਹੋ ਰਹੇ ਨੇ, ਜੋ ਆਉਣ ਵਾਲੀ ਜਨਰੇਸ਼ਨ ਹੈ, ਜੋ ਆਉਣ ਵਾਲੇ ਨੌਜਵਾਨ ਨੇ, ਉਹਨਾਂ ਜੋ ਸਟ੍ਰੈਸ ਲੈਵਲ ਵੱਧਦਾ ਜਾ ਰਿਹਾ ਹੈ ਉਹ ਵੀ ਘੱਟ ਹੋਵੇਗਾ। ਤਾਂ ਇਹਨੂੰ ਇੱਕ ਜ਼ਿੰਮੇਦਾਰੀ ਦੀ ਤਰ੍ਹਾਂ ਅਸੀਂ ਲੈ ਕੇ ਚੱਲੀਏ। ਅਗਲੀ ਕੜੀ 'ਚ ਫਿਰ ਮਿਲਾਂਗੇ, ਤਬ ਤੱਕ ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994387, ਈਮੇਲ punjabi.gws@gmail.com। ਦਿਲ ਦੀ ਡੱਬੀ 'ਚ ਤੈਨੂੰ ਸਾਂਭ ਸਾਂਭ ਰੱਖਣਾ, ਦਿਲ ਦੀ ਡੱਬੀ 'ਚ ਤੈਨੂੰ, ਦਿਲ ਦੀ ਡੱਬੀ 'ਚ ਤੈਨੂੰ ਸਾਂਭ ਸਾਂਭ ਰੱਖਣਾ। ਆ ਮੇਰੇ ਬਾਬਾ ਤੇਰੇ ਬਿਨਾਂ ਜੱਗ ਸਾਰਾ ਸੱਖਣਾ, ਉਹ ਪਿਆਰੇ ਬਾਬਾ ਤੇਰੇ ਬਿਨਾਂ ਜੱਗ ਸਾਰਾ ਸੱਖਣਾ। ਵਿੱਚ ਦਿਲਾ ਰਾਮ ਦੂਸਰਾ ਨਾ ਕੋਈ, ਮਾਤ ਪਿਤਾ ਬੰਧੂ ਸਖਾ ਪਿਆਰਾ ਮੇਰਾ ਸੋਈ। ਹੋ ਦਿਲ ਵਿੱਚ ਦਿਲਾ ਰਾਮ ਮਾਤ ਪਿਤਾ ਬੰਧੂ ਸਖਾ, ਇੱਕ ਪਲ ਇੱਕ ਦੂਸਰੇ ਤੋਂ ਹੋਈਏ ਵੱਖਣਾ, ਮੇਰੇ ਬਾਬਾ ਤੇਰੇ ਬਿਨਾਂ ਜੱਗ ਸਾਰਾ ਸੱਖਣਾ, ਉਹ ਪਿਆਰੇ ਬਾਬਾ ਤੇਰੇ ਬਿਨਾਂ ਜੱਗ ਸਾਰਾ ਸੱਖਣਾ। ਉਹ ਸਭ ਕੁਝ ਪਾਲਿਆ ਨਾ ਰਿਹਾ ਕੁਝ ਬਾਕੀ, ਪਿਆਰ ਦੇ ਸਾਗਰ ਨੇ ਪਿਆਸ ਬੁਝਾਤੀ। ਉਹ ਸਭ ਕੁਝ ਪਾਲਿਆ ਪਿਆਰ ਦੇ ਸਾਗਰ ਨੇ, ਵੇਖਦੀ ਕਿਸੇ ਨੂੰ ਹੁਣ ਆਪਣੀ ਅੱਖਣਾ, ਪਿਆਰੇ
बाबा तेरे बिना जग सारा सखना ओ मेरे बाबा तेरे बिना जग सारा सखना रूहानी है दुनिया की जाने तेरी उल्फत पीछे होया दीवाने हो प्रीत रूहानी तेरी उल्फत पीछे नजरा च तू ही तू दिसे होर कखना मेरे बाबा तेरे बिना जग सारा सखना ओ प्यारे बाबा तेरे बिना जग सारा सखना ओ प्यारे बाबा तेरे बिना जग सारा सखना हां ओ मेरे बाबा तेरे बिना जग सारा सखना